technological. डॉक्यूमेंट्स लिया उसके ਇਨੋਵਾ ਗੱਡੀ ਨੂੰ ਐਂਬੂਲੈਂਸ ਬਣਾ ਕੇ ਘੁੰਮਣ ਜਾ ਰਹੇ ਸੈਲਾਨੀਆਂ ਦਾ ਮੋਟਾ ਚਲਾਨ ਕੱਟਿਆ ਗਿਆ। ਦੱਸ ਦਈਏ ਕਿ ਇੱਕ ਇਨੋਵਾ ਗੱਡੀ ਦੇ ਅੱਗੇ ਐਂਬੂਲੈਂਸ ਵਾਲਾ ਸਟਿੱਕਰ ਲੱਗਾ ਹੋਇਆ ਸੀ ਤੇ ਜਿਵੇਂ ਹੀ ਪੁਲਿਸ ਨੇ ਇਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਸ ਦੇ ਚਾਲਕ ਦੇ ਕੋਲ ਨਾ ਤਾਂ ਡਰਾਈਵਿੰਗ ਲਾਇਸੈਂਸ ਸੀ ਅਤੇ ਨਾ ਹੀ ਕੋਈ ਐਂਬੂਲੈਂਸ ਦੇ ਸੰਬੰਧੀ ਕਾਗਜ਼ ਉੱਤੇ ਪੇਸ਼ ਕਰ ਸਕਿਆ, ਜਿਸ ਤੋਂ ਬਾਅਦ ਦੇ ਵਿੱਚ ਕੁੱਲੂ ਦੀ ਪੁਲਿਸ ਵੱਲੋਂ 23,000 ਰੁਪਏ ਦਾ ਇਸਦਾ ਮੋਟਾ ਚਲਾਨ ਕੱਟਿਆ ਗਿਆ। ਤਾਂ ਦੱਸ ਦਈਏ ਕਿ ਪੰਜਾਬ ਤੋਂ ਇਹ ਸੈਲਾਨੀ ਘੁੰਮਣ ਦੇ ਲਈ ਉੱਥੇ ਪਹੁੰਚੇ ਸੀ ਪਰ ਗੱਡੀ ਦੇ ਅੱਗੇ ਐਂਬੂਲੈਂਸ ਦਾ ਸਟਿੱਕਰ ਲੱਗਿਆ ਹੋਇਆ ਸੀ ਤੇ ਨਾਲ ਹੀ ਗੱਡੀ ਦੇ ਉੱਪਰ ਇੱਕ ਨੀਲੀ ਬੱਤੀ ਵੀ ਲਗਾਈ ਹੋਈ ਸੀ ਤੇ ਜਿਵੇਂ ਹੀ ਪੁਲਿਸ ਨੂੰ ਇਸ ਗੱਡੀ ਦੇ ਉੱਤੇ ਸ਼ੱਕ ਹੋਇਆ ਤਾਂ ਇਸ ਦੀ ਜਾਂਚ ਪੜਤਾਲ ਕੀਤੀ ਤੇ ਜਦੋਂ ਚਾਲਕ ਨੂੰ ਐਂਬੂਲੈਂਸ ਸੰਬੰਧੀ ਕਾਗਜ਼ ਦਿਖਾਉਣ ਦੇ ਲਈ ਕਿਹਾ ਤਾਂ ਨਾਲ ਹੀ ਉਸਦੇ ਕੋਲ ਕੋਈ ਐਂਬੂਲੈਂਸ ਦਾ ਕਾਗਜ਼ ਸੀ ਅਤੇ ਨਾ ਹੀ ਕੋਈ ਨੀਲੀ ਬੱਤੀ ਸੰਬੰਧੀ ਕੋਈ ਕਾਗਜ਼ ਪੇਸ਼ ਕਰ ਸਕਿਆ। ਉੱਤੋਂ ਦੀ ਉਸਦੇ ਕੋਲ ਆਪਣਾ ਡਰਾਈਵਿੰਗ ਲਾਇਸੈਂਸ ਵੀ ਨਹੀਂ ਸੀ, ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਈ ਪੁਲਿਸ ਦੇ ਵੱਲੋਂ ਉਹਨਾਂ ਦਾ 23,000 ਰੁਪਏ ਦਾ ਚਲਾਨ ਕੱਟਿਆ ਗਿਆ। ਤਾਂ ਦੱਸ ਦਈਏ ਕਿ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਘੁੰਮਣ ਦੇ ਲਈ ਜਾ ਰਹੇ ਨੇ ਪਰ ਇਸ ਸ਼ਖਸ ਦੇ ਵੱਲੋਂ ਇੱਕ ਹਰਕਤ ਕੀਤੀ ਗਈ ਜਿਸ ਦੇ ਵਿੱਚ ਉਸਨੇ ਆਪਣੀ ਗੱਡੀ ਦੇ ਉੱਪਰ ਐਂਬੂਲੈਂਸ ਵਾਲਾ ਸਟਿੱਕਰ ਲਗਾਇਆ ਹੋਇਆ ਸੀ। ਪਰ ਜਦੋਂ ਪੁਲਿਸ ਨੂੰ ਇਹਨਾਂ ਦੇ ਉੱਤੇ ਸ਼ੱਕ ਹੋਇਆ ਤਾਂ ਪੁਲਿਸ ਨੇ ਕਾਗਜ਼ਾਂ ਦੀ ਪੜਤਾਲ ਕੀਤੀ ਪਰ ਜਿਸ ਦੇ ਵਿੱਚ ਇਹ ਕੋਈ ਵੀ ਕਾਗਜ਼ ਨਹੀਂ ਦਿਖਾ ਸਕੇ, ਜਿਸ ਤੋਂ ਬਾਅਦ ਇਹਨਾਂ ਦਾ ਮੋਟਾ ਚਲਾਨ ਕਰ ਦਿੱਤਾ ਗਿਆ। ਤਾਂ ਦੱਸ ਦਈਏ ਕਿ ਪੰਜਾਬ ਨੰਬਰ ਇਹ ਇਨੋਵਾ ਗੱਡੀ ਸੀ ਜਿਸ ਦੇ ਉੱਤੇ ਐਂਬੂਲੈਂਸ ਦਾ ਸਟਿੱਕਰ ਨਾਲ ਹੀ ਨੀਲੀ ਬੱਤੀ ਲੱਗੀ ਹੋਈ ਸੀ। ਪੁਲਿਸ ਨੇ ਮੌਕੇ ਦੇ ਉੱਤੇ ਹੀ ਖੜ ਕੇ ਜਦੋਂ ਨੀਲੀ ਬੱਤੀ ਉਤਰਵਾਈ ਤੇ ਨਾਲ ਹੀ 23,000 ਰੁਪਏ ਦਾ ਚਲਾਨ ਵੀ ਕੱਟ ਦਿੱਤਾ।